बिस्मिल्लाहिर्रहमानिर्रहीम अस्सलाम वालेकुम दोस्तों, क्या हाल चाल है? ठीक हो? आज जैसी वीडियो शुरू करते पे हैं। अज इत्थे अमीपुर जाना काम आ, ते मखा नाल नाल वीडियो भी थोड़ी बना लईए, क्योंकि साढ़े कोलो गुजरती है नहर, ते नहर तो हुण सुक्की पई है, क्योंकि इन्हां दिनां दे विच ना नहर दे विच ना पानी कोई नहीं हुंदा। वेखो नहर बिल्कुल सुक्की पई है, ਇਹਨਾਂ ਦਿਨਾਂ ਦੇ ਵਿੱਚ ਨਹਿਰ ਦੀ ਵਾਰੇਬੰਦੀ ਹੁੰਦੀ ਹੈ ਅਤੇ ਪਾਣੀ ਕੋਈ ਨਹੀਂ ਹੁੰਦਾ। ਨਹਿਰ ਬਿਲਕੁਲ ਖਾਲੀ ਪਈ ਹੈ, ਰੇਤ ਥੱਲੇ ਨਿਕਲੀ ਪਈ ਹੈ। ਇਸ ਅੱਡਲ ਮੇਰਾ ਪਿੰਡ ਹੈ, ਚੱਕ ਨੰਬਰ 239, ਅਤੇ ਇਹ ਮੈਂ ਖਲੋਤਾ ਅੱਡਾ ਤਾਰ ਕੋਠੀ ਦੇ ਉੱਤੇ। ਇਹ ਤਾਰ ਕੋਠੀ ਵਾਲੀ ਪੁੱਲ ਹੈ ਨਹਿਰ ਵਾਲੀ, ਅਤੇ ਇਹ ਸਾਥ ਹੀ ਮਸਜਿਦ ਹੈ। 237 ਲੰਗਰਾਣੇ ਦਾ ਹਾਈ ਸਕੂਲ ਹੈ, ਅਤੇ ਸਾਡੇ ਕੋਲ ਨਾ ਅਮੀਪੁਰ ਰੋਡ ਦਾ ਕੰਮ ਚੱਲਦਾ ਪਿਆ। ਇਹ ਵੇਖੋ ਰੋਡ ਬਣਦਾ ਪਿਆ ਨਵਾਂ, ਅਤੇ ਵੱਡਾ ਚੈੜਾ ਰੋਡ ਬਣਾਉਂਦੇ ਪਏ ਨੇ। ਇਹ ਵੇਖੋ ਨਾ ਰੋਡ ਬਣਾਉਂਦੇ ਪਏ ਨੇ, ਕਿਉਂਕਿ ਰੋਡ ਚੈੜਾ ਕਰਕੇ ਬਣਾਉਣਾ ਨੇ, ਕਿਉਂਕਿ ਰੋਡ ਬਹੁਤ ਗੰਦਾ, ਅਤੇ ਹੁਣ ਰੋਡ ਬਣਦਾ ਪਿਆ। ਤਕਰੀਬਨ 2-3 ਮਹੀਨੇ ਲੱਗ ਗਿਆ ਸਰ। ਅੱਗੇ ਆ ਗਿਆ ਚੱਕ ਨੰਬਰ 237 ਛੋਟਾ ਲੰਗਰਾਣਾ। ਪੈਣ ਮਿੱਟੀ ਸੱਟੇ ਦੇ ਵੀ ਪੈਣ, ਉੱਤੇ ਰੋਲਾ ਛੁੱਲਾ ਵੀ ਫੇਰਦੇ ਪੈਣ। ਰੋਡ 'ਤੇ ਬਜਰੀ ਸੱਟੀ ਹੋਈ ਹੈ ਮਾਸ਼ਾਅੱਲਾ, ਉਹ ਚੜਾ ਰੋਡ ਕਾਫੀ ਕੀਤੀ ਖਲੋਤੇ ਨੇ, ਬਜਰੀ ਸੱਟੀ ਪਈ ਹੈ ਰੋਡ ਦੇ ਵਿਚਕਾਰ ਹੈ ਜੀ, ਅਤੇ ਕੰਮ ਜਾਰੀ ਹੈ ਰੋਡ ਦਾ। ਹੁਣ ਤਾਂ ਥੋੜ੍ਹੀ ਬਹੁਤੀ ਮੁਸ਼ਕਲਾਂ ਸਾਨੂੰ ਹੈ, ਲੇਕਿਨ ਜਦੋਂ ਰੋਡ ਬਣ ਜਾਣਾ ਪੈ ਜਾਂਦਾ ਤਾਂ ਆਸਾਨੀਆਂ ਹੀ ਬੜੀਆਂ ਹੁੰਦੀਆਂ। ਇਹ ਰੋਡ 'ਤੇ ਰਸ਼ ਹੀ ਕਾਫੀ ਆਉਣਾ, ਚੱਕ ਨੰਬਰ 236 ਮੇਰੋ ਮੋੜ ਨੂੰ ਹੈ ਪੱਕੀ ਜਾਂਦੀ ਹੈ।
ਇਹ ਛੋਟਾ ਜਿਹਾ ਅੱਡਾ ਹੈ। ਅਸੀਂ ਪਹੁੰਚੇ ਹਾਂ ਜੀ ਚੈੱਕ ਨੰਬਰ 184 ਜਾਂਗਲੂ, ਪਿੰਡ ਜਾਂਗਲੂ ਦਾ। ਅਸੀਂ ਹੁਣ ਪਹੁੰਚੇ ਹਾਂ ਅਮੀਪੁਰ ਬੰਗਲਾ। ਨਹਿਰ ਵੀ ਸੁੱਕੀ ਪਈ ਆ, ਮੇਰੇ ਕੋਲ ਬੰਗਲੇ ਵੱਡੀ ਨਹਿਰ ਵੀ ਸੁੱਕ ਗਈ ਹੈ।